ਸਾਨੂੰ ਮੈਂ ਬਲੌਕ ਕੀਤਾ, ਮੈਨੂੰ ਕਹਿੰਦੀ ਕਿੱਦਾਂ ਦੀ ਮਾਂ ਆ ਜਿਹੜੀ ਜਵਾਨ ਮੁੰਡੇ ਦੀ ਪੈਂਟਾਂ ਖਿਲਾਣ ਡਈ ਹੈਗੀ। ਇਸ ਬਿਲਕੁਲ ਟਾਈਮ ਤੇ ਸੀਗਾ ਜਿਹੜੀ ਕੰਡੀਸ਼ਨ ਆ ਨਾ, ਉਹਦੇ ਵਾਸਤੇ ਫੇਵ ਦੀ ਫੇਸ ਤੇ ਸਮਾਈਲ ਲੈਣਾ ਬਹੁਤ ਜ਼ਰੂਰੀ ਹੈ ਤੇ ਤੁਹਾਨੂੰ ਖੁਸ਼ ਕਰਨ ਦੇ ਨਾਲ ਨਾਲ ਅਸੀਂ ਉਹਨੂੰ ਵੀ ਐਂਟਰਟੇਨ ਕਰਨੇ ਆ। ਖਿਲਾਉਂਦੀ ਆ ਮਤਲਬ ਤੂੰ ਸਿਰਫ ਪੈਂਟ ਖੁੱਲਦੀ ਦਿਖੀ ਹੈ, ਤੂੰ ਬਾਕੀ ਕੁਛ ਨਹੀਂ ਦਿਖਿਆ। ਫੇਰ ਤੂੰ ਆਪਣੀ ਆਪਣੀ ਮੈਡੈਲਿਟੀ ਦੇਖ ਲੈ, ਤੇਰੀ ਮੈਡੈਲਿਟੀ ਕਿੱਥੇ ਰੱਖ ਗਿਆ, ਠੀਕ ਹੈ ਨਾ। ਮੇਰੇ ਨੀਚੇ ਚੈਨਲ ਰਾਤੀ 11 ਵਜੇ ਮਿਲਾਂਗੇ ਆਪਾਂ ਫੇਰ ਪਬਜੀ ਖੇਲਣ ਲਈ। ਸੋ ਹੈ ਗਾਇਜ਼, ਵੈਲਕਮ ਬੈਕ ਟੂ ਆਰ ਚੈਨਲ, ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਗੇ। ਹਾਂਜੀ ਹਾਂਜੀ, ਮੈਂ ਬਹੁਤ ਵਧੀਆ, ਤੁਹਾਡੇ ਪਿਆਰ ਦੇ ਤੁਹਾਡੇ ਦੁਆ ਦੇ ਨਾਲ। ਸੋ ਗੁੱਡ ਮਾਰਨਿੰਗ ਮੇਰੇ ਸੱਜਣ ਪਿਆਰੇ, ਦੁਪਹਿਰ ਦੇ ਵੱਜ ਗਏ 3 ਹੈ। ਮਮਾ ਪੀਜੇ ਦੇ ਇਸ਼ਾਰਾ ਕਰੇ ਤੇ ਮਮਾ ਆਈ ਨਹੀਂ ਰਹੇ। ਹੈਲੋ ਯਾਰ, ਮੰਮੀ ਤੁਸੀਂ ਆ ਗਏ। ਹੈਲੋ, ਠੀਕ ਹੋ? ਗੁੱਡ ਮਾਰਨਿੰਗ। ਓ ਮੇਰਾ ਬੱਚਾ, ਮੇਰਾ ਬੱਚਾ ਕੀ ਕਰਦਾ ਪਿਆ? ਮੈਂ ਬੇਇੱਜ਼ਤੀ ਕੀਤੀ ਨਾ ਹੈ, ਕੱਲ ਮੇਰੀ ਬੇਇੱਜ਼ਤੀ ਕੀਤੀ ਨਾ। ਮੰਮੀ ਦੇਖੋ, ਉਹ ਸੀਗਾ ਇੱਕ ਨਾਰਮਲ ਮਜ਼ਾਕ, ਜਦੋਂ ਤੁਸੀਂ ਮੇਰੇ ਨਾਲ ਮਜ਼ਾਕ ਕੀਤਾ ਮੈਂ ਵੀ ਤੁਹਾਡਾ ਮਜ਼ਾਕ ਕਰਤਾ। ਮਮਾ ਕਮੈਂਟਸ ਪੜੋ, ਮੈਂ ਸਵੇਰ ਤੋਂ ਬੈਠ ਕੇ ਕਮੈਂਟਸ ਹੀ ਪੜ ਰਹੀ ਹਾਂ ਸਭ ਕੇ। ਕੀ ਗੰਦ ਲਿਖਦੇ ਪਏ ਮੇਰੇ ਬਾਰੇ? ਨਹੀਂ, ਮਮਾ ਕਿਤਨੇ ਕਿਊਟ ਲੱਗ ਰਹੇ, ਮਮਾ ਕਿਤਨੇ ਆਪ ਲੋਗ ਨੇ ਨਿੰਜਾ ਤੋੜੀ, ਨਿੰਜਾ ਮੈਂ ਕਿਊਟ ਲੱਗਣ ਦੀ ਉਹ ਸ਼ਕਲ ਵਿੱਚ ਹੋਰ ਕੀ। ਸੋ ਤਾਂ ਮੁਕੇਸ਼ ਭਾਈ ਗੁੱਡ ਮਾਰਨਿੰਗ ਆ। ਅੱਜ ਮੁਕੇਸ਼ ਭਾਈ ਫੇਰ ਗੁੱਸਾ ਹੋ ਗਏ ਕਿਉਂਕਿ ਰੋਟੀ ਗਰਮਾ ਗਰਮ ਮੇਰੇ ਕੋਲ ਰੱਖਤੀ ਉਹਨਾਂ ਨੇ ਤੇ ਮੈਂ ਰੋਟੀ ਖਾਂਦਾ ਨਹੀਂ ਪਿਆ। ਸੋ ਗਾਇਜ਼, ਇੱਧਰ ਬਣਿਆ ਸਾਗ, ਆਲੂ ਮਟਰ ਤੇ ਨਾਲ ਮੇਰੀ ਚਪਾਤੀਆਂ। ਬਸ ਕਰਿਓ ਭਾਈ, ਉਹ ਰੋਟੀ ਨਾ ਬਣਾਈ, ਗਾਜਰ ਆਲੂ ਮਟਰ ਗਾਜਰ ਹੀ ਹੈ। ਹਾਂ ਵਹੀ ਵਹੀ। ਤੇ ਮੰਮੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ, ਗੁੱਡ ਮਾਰਨਿੰਗ ਤੇ ਕੱਲ ਜੋ ਵੀ ਹੋਇਆ ਮਜ਼ਾਕ ਵਿੱਚ ਸੀਗਾ, ਸੋ ਸਾਰੇ ਸਾਡੇ ਸੱਜਣ ਪਿਆਰੇ ਹੱਸਿਆ ਤੇ ਉਹਨਾਂ ਨੂੰ ਹਸਾਉਣ ਲਈ ਆਪਾਂ ਕੀਤਾ ਵਾ। ਤੁਸੀਂ ਵੀ ਤਾਂ ਸਾਡਾ ਜਲੂਸ ਕੱਢਿਆ ਸੀਗਾ, ਕੱਚਿਆਂ ਦੇ ਵਿੱਚ ਸਾਨੂੰ ਬਾਹਰ ਭੇਜਿਆ ਸੀਗਾ, ਬਟ ਆਪਾਂ ਤੁਹਾਨੂੰ ਕੁਛ ਨਹੀਂ ਕਿਹਾ ਕਿਉਂਕਿ ਤੁਸੀਂ ਸਾਡੀ ਮਾਂ ਹੋ। ਇੱਕ ਪਰਸਨ ਨੂੰ ਮੈਂ ਬਲੌਕ ਕੀਤਾ, ਮੈਂ ਉਹਨੂੰ ਕੋਈ ਰਿਪਲਾਈ ਨਹੀਂ ਦਿੱਤਾ, ਸਿਰਫ ਬਲੌਕ ਕੀਤਾ। ਉਹਨੂੰ ਪਤਾ ਮਤਲਬ ਇੰਨਾ ਫਨ, ਹਰ ਬੰਦਾ ਹੱਸਦਾ ਪਿਆ, ਅਸੀਂ ਐਂਟਰਟੇਨ ਕਰਦੇ ਪਏ ਆ। ਬਿਲਕੁਲ ਬਿਲਕੁਲ। ਪਤਾ ਕੀਤਾ, ਕਹਿੰਦੀ ਕਿੱਦਾਂ ਦੀ ਮਾਂ ਆ ਜਿਹੜੀ ਜਵਾਨ ਮੁੰਡੇ ਦੀ ਪੈਂਟਾਂ ਖਿਲਾਣ ਡਈ ਹੈ। ਓਏ ਰੱਬਾ, ਹਾਏ ਰੱਬਾ, ਮੈਂ ਕੀ ਬੋਲਾਂ, ਮੈਂ ਬਹਿਸ ਨਹੀਂ ਕੀਤੀ, ਮੈਂ ਬਲੌਕ, ਮੈਂ ਕਿਹਾ ਮੈਨੂੰ ਐਦਾਂ ਸਸ ਬੈਂਸਾ, ਮੈਂ ਵੀ ਨਾ ਬੈਂਸਾ, ਐਦਾਂ ਦੇ ਸਬਸਕ੍ਰਾਈਬਰਸ ਨਹੀਂ ਚਾਹੀਦੇ, ਨਹੀਂ ਚਾਹੀਦੇ ਤੁਸੀਂ ਯਾਰ। ਅਗਰ ਕਿਸੇ, ਮੈਂ ਦੇਖੋ ਯਾਰ, ਸਾਨੂੰ ਕੋਈ ਫਸੀ ਦੀ ਨਹੀਂ ਹੈਗੀ ਕਿ ਆਪਾਂ ਜਾਣ ਕੀ ਕਰੀਏ, ਤੁਹਾਡੇ ਸਾਰੇ ਲਈ ਕਰਦੇ ਕਿਉਂਕਿ ਤੁਸੀਂ ਸਾਰੀ ਫੈਮਿਲੀ ਹੋ, ਤੁਹਾਨੂੰ ਹਸਾਉਣਾ। ਨਾਲੇ ਇਹ ਸਭ ਤੋਂ ਵੱਡੀ ਗੱਲ, ਇੱਕ ਸਭ ਤੋਂ ਵੱਡਾ ਪੁੰਨ ਮੈਂ ਸੁਣਿਆ ਵਾ ਕਿ ਕਿਸੇ ਨੂੰ ਹਸਾਉਣਾ ਇਹ ਵੀ ਪੁੰਨ ਹੈ। ਤੁਸੀਂ ਫੋਨ ਦੇ ਵਿੱਚ ਬੈਠੇ, ਤੁਸੀਂ ਕਿਸੇ ਨੂੰ ਪਰਸਨਲੀ ਨਹੀਂ ਜਾਣਦੇ। ਸਾਡੀ ਯਾਦਵੀ ਸਾਲਤ ਵਿੱਚ ਸਾਨੂੰ ਦੇਖ ਕੇ ਰੋਜ਼ ਹੱਸਦੀ ਹੈ, ਠੀਕ ਹੈ। ਇਹ ਛੋਟੀ ਮੋਟੀ ਚੀਜ਼ ਨਹੀਂ ਹੈਗੀ। ਇਸ ਟਾਈਮ ਤੇ ਜਿਹੜੀ ਕੰਡੀਸ਼ਨ ਚ ਨਾ, ਉਹਦੇ ਵਾਸਤੇ ਫੇਵ ਦੀ ਫੇਸ ਤੇ ਸਮਾਈਲ ਲੈਣਾ ਬਹੁਤ ਜ਼ਰੂਰੀ ਹੈ ਤੇ ਤੁਹਾਨੂੰ ਖੁਸ਼ ਕਰਨ ਦੇ ਨਾਲ ਨਾਲ ਅਸੀਂ ਉਹਨੂੰ ਵੀ ਐਂਟਰਟੇਨ ਕਰਨੇ ਆ। ਤੇ ਦੇਖੋ 200 ਮੈਸੇਜ ਚੰਗਾ ਤਾਂ ਉਹਦੇ ਵਿੱਚ ਦੇਖ, ਇੱਕ ਮੈਂ ਇੱਕੋ ਹੀ ਪੜਿਆ, ਬਾਕੀ ਹੋਰ ਨੇ ਮੈਨੂੰ ਆਏ ਹੋਣਗੇ ਸ਼ਾਇਦ, ਕਿ ਕਿੱਦਾਂ ਦੀ ਮਾਂ ਹੈ ਜਿਹੜੀ ਜਵਾਨ ਮੁੰਡੇ ਪੈਂਟਾਂ ਖਿਲਾਉਂਦੀ ਹੈ। ਮਤਲਬ ਤੂੰ ਸਿਰਫ ਪੈਂਟ ਖੁੱਲਦੀ ਦਿਖੀ ਹੈ, ਤੂੰ ਬਾਕੀ ਕੁਛ ਨਹੀਂ ਦਿਖਿਆ। ਫੇਰ ਤੂੰ ਆਪਣੀ ਆਪਣੀ ਮੈਡੈਲਿਟੀ ਦੇਖ ਲੈ, ਤੇਰੀ ਮੈਡੈਲਿਟੀ ਕਿੱਥੇ ਰੱਖ ਗਿਆ, ਠੀਕ ਹੈ ਨਾ। ਗਲਤ ਹੈ ਯਾਰ, ਗਲਤ ਹੈ, ਜਨਾਨੀ ਗਲਤ ਹੈ। ਵਧੀਆ ਗੱਲ ਬਲੌਗ ਕਰਤਾ, ਮੈਂ ਐਦਾਂ ਸਬਸਕ੍ਰਾਈਬਰਸ ਮੈਨੂੰ ਆਪਣੀ ਸਬਸਕ੍ਰਾਈਬਰ ਲਿਸਟ ਵਿੱਚ ਚਾਹੀਦਾ ਨਹੀਂ, ਜਿਹੜਾ ਇਨਸਾਨ ਤੁਹਾਨੂੰ ਗਲਤ ਜੱਜ ਕਰੇ, ਜਿਹੜਾ ਮੇਰੇ ਔਲਾਦ ਨੂੰ ਗਲਤ ਜੱਜ ਕਰੇ, ਮਾਂ ਨੂੰ ਗਲਤ ਜੱਜ ਕਰੇ, ਐਦਾਂ ਦੀ ਘਟੀਆ ਸੋਚ ਵਾਲੇ ਇਨਸਾਨ ਰੱਖਣੇ ਨਹੀਂ। ਬਾਕੀ ਸਾਡੇ ਜਿੰਨੇ ਹੈਗੇ ਆ ਸਾਰੇ ਇੰਨੇ ਚੰਗੇ ਆ ਨਾ, ਹੱਸ ਹੱਸ ਕੇ ਫਨ, ਉਹ ਉਲਟਾ ਸਾਨੂੰ ਪਤਾ ਕੀ ਆਖਣ ਡਿਆ ਕਿ ਅੱਜ ਭਈਆ ਦਾ ਹੋਇਆ ਨਾ, ਕੱਲ ਮਮਾ ਦਾ, ਮਮਾ ਨਾਲ ਗਲਤ ਹੋਣਾ, ਫਿਰ ਉਸ ਤੋਂ ਬਾਅਦ ਇਹਨਾਂ ਇਹ ਐਂਟਰਟੇਨ ਕਰਨਾ। ਉਲਟਾ ਮੈਨੂੰ ਵੀ ਮੈਸੇਜ ਕਰਦੇ, ਮਮਾ ਅੰਕੂ ਭਈਆ ਤੇ ਪ੍ਰੈਂਕ ਕਰੋ, ਅੰਸ਼ ਭਈਆ ਤੇ ਪ੍ਰੈਂਕ ਕਰੋ। ਭਈਆ ਕੋ 24 ਆਵਰਸ ਚੈਲੰਜ ਦੇ ਕੱਚੇ ਮੈਂ ਉੱਪਰ ਖੜੇ ਰਹਨੇ ਗਾ। ਠੀਕ ਹੈ ਠੀਕ ਹੈ, ਠੰਡ ਮੈਂ ਆਇਆ, ਮੈਂ ਇੰਨੀ ਬੇਦਰਦ ਮਾਣੀ ਹੈਗੀ। ਸੋ ਗਾਇਸ, ਸਵੇਰ ਦੀ ਮਤਲਬ ਮੇਰੀ ਤਾਂ ਦੁਪਹਿਰ ਦੀ ਗੁੱਡ ਮਾਰਨਿੰਗ ਹੋਈ ਹੈ। ਮੈਂ ਸਵੇਰੇ 5:30 ਵਜੇ ਸੁੱਤਾ ਸੀਗਾ, ਮੈਂ ਵਲੌਗ ਐਡਿਟ ਕਰਦਾ ਕਰਦਾ ਬਾਹਰ ਸੋਫੇ ਤੇ ਸੋ ਗਿਆ ਸੀਗਾ, ਤੇ ਮੰਮੀ ਸਵੇਰੇ 7 ਵਜੇ ਮੈਨੂੰ ਕਮਰੇ ਦੇ ਵਿੱਚ ਲੈ ਕੇ ਆਏ। ਮੈਂ ਕਿਹਾ ਅੰਕੂ ਹੈ ਹੀ ਨਹੀਂ, ਯਾਦ ਵੀ ਅੰਸ਼ੂ ਅੰਕੂ ਇਕੱਠੇ ਕਿੱਦਾਂ ਸੋ ਗਏ ਬੈਡ ਦੇ ਉੱਪਰ, ਮੈਂ ਕਿਹਾ ਕੁੜੀ ਤੰਗ ਹੋ ਗਈ ਹੋਣੀ। ਸੋ ਨਾ ਵੈਸੇ ਹੀ ਥਾ, ਮੈਨੇ ਭਈਆ ਕੋ ਬਹੁਤ ਫੋਰਸ ਕੀਆ, ਠੀਕ ਹੈ, ਪਰ ਭਈਆ ਨੇ ਬੋਲਾ ਕਿ ਨਹੀਂ ਮੈਂ ਇਧਰ ਸੋ ਜਾਤਾ ਹੂੰ, ਮੁਝੇ ਵਾਸਤੇ ਬਲੈਂਕਟ ਦੇ ਦੇ। ਯਾਰ ਇਹ ਬਹੁਤ ਚੰਗੀ ਹੈ, ਇਹ ਬਹੁਤ ਚੰਗੀ ਹੈ, ਪੁੱਛੋ ਕਿੱਦਾਂ ਕਿੱਦਾਂ। ਸਵੇਰੇ 4 ਵਜੇ ਸੀਗੇ, ਮੈਂ ਕਿਹਾ ਭੁੱਖ ਲੱਗਣ ਡਈ ਹੈ, ਇਹਦਾ ਮੈਨੂੰ ਸਨੈਪਚੈਟ ਤੇ ਮੈਸੇਜ ਆਇਆ ਭਈਆ ਕੁਛ ਖਾਣਾ, ਮੈਂ ਕਿਹਾ ਰਹਿਣ ਦੇ ਯਾਰ, ਇਹਦੀ ਤੁਸੀਂ ਗਾਇਜ਼ ਹਾਲਤ ਦੇਖ ਲਓ। ਤੇ ਇਹ ਇਸੇ ਹਾਲਤ ਦੇ ਵਿੱਚ ਮੰਮੀ ਸਵੇਰੇ 4 ਵਜੇ ਇਸ ਕੁੜੀ ਨੇ ਮੈਨੂੰ ਪਾਸਤਾ ਬਣਾ ਕੇ ਦਿੱਤਾ ਹੈ। ਬਹੁਤ ਸਲੋ ਬਣਾਇਆ, ਮੈਨੂੰ ਪਤਾ ਥਾ ਅਗਰ ਆਪਕੋ ਪਤਾ ਲੱਗ ਜਾਤਾ ਬਹੁਤ ਡਾਂਟਤੇ। ਇਹ ਮੇਨਲੀ ਪਾਸਤਾ ਬਣਾਇਆ, ਉਸ ਤੋਂ ਬਾਅਦ ਕਹਿੰਦੀ ਹੋਰ ਕੁਝ ਚਾਹੀਏ, ਮੈਂ ਕਿਹਾ ਨਹੀਂ ਤੂੰ ਹੁਣ ਜਾ ਕੇ ਸੋ ਜਾ। ਲਾਈਕ ਸੀਰੀਅਸਲੀ ਬਹੁਤ ਵਧੀਆ ਲੱਗਾ ਮੈਨੂੰ। ਸਿਰਫ ਇੱਕ
ਔਰਤ ਹੈ ਨਾ ਸਿਰਫ ਇੱਕ ਮਾਂ ਹੀ ਮਾਂ ਨਹੀਂ ਹੁੰਦੀ, ਇੱਕ ਭੈਣ ਵੀ ਮਾਂ ਹੁੰਦੀ ਹੈ, ਇੱਕ ਭਾਬੀ ਵੀ ਮਾਂ ਹੁੰਦੀ ਹੈ, ਅਗਰ ਰਿਸ਼ਤੇ ਸਮਝ ਕੇ ਚਲੋ ਤੇ ਸਿਰਫ ਮਾਂ ਹੀ ਮਾਂ ਨਹੀਂ ਹੁੰਦੀ। ਜਿਹੜੀ ਬੱਚਿਆਂ ਲਈ ਜਿਹਨੂੰ ਫਿਕਰ ਹੈ ਨਾ ਕਿ ਬਈਆ ਨੇ ਜਾਂ ਪਤੀ ਨੇ ਜਾਂ ਭਰਾ ਨੇ ਕੁਛ ਖਾਧਾ ਨਹੀਂ ਹੈ, ਉਹ ਭੁੱਖ ਲੱਗੀ ਹੈ, ਤੇ ਫਿਰ ਉਹ ਚਾਹੇ ਹਾਲਤ ਬੁਖਾਰ ਵਿੱਚ ਹੈ, ਚਾਹੇ ਇਸ ਹਾਲਤ ਵਿੱਚ ਹੈ, ਚਾਹੇ ਕਿਸੇ ਵੀ ਮਤਲਬ ਨਹੀਂ ਸਹੀ ਕੰਡੀਸ਼ਨ ਵਿੱਚ ਵਿਚਾਰ ਬਣਾਉਂਦੀ ਹੈ ਨਾ, ਉਹ ਇੱਕ ਰੂਪ ਮਾਂ ਦਾ ਹੀ ਆ ਜਾਂਦਾ। ਬਸ ਠੀਕ ਹੈ। ਸੋ ਗਾਇਜ਼ ਮੈਂ ਵੀ ਫਟਾਫਟ ਰੋਟੀ ਖਾ ਲਾਂ ਤੇ ਅੱਜ ਮੰਮੀ ਕਿੱਥੇ ਜਾਣਾ ਸੀ ਤੁਸੀਂ? ਹਸਪੀਟਲ ਜਾਣਾ ਰੋਟੀ ਖਾਣ ਲੱਗਾ ਤੇ ਆਪਾਂ ਜਾਣਾ ਵਾ ਹਸਪੀਟਲ। ਚਾਹ ਬਣਾ ਦੋ ਭਾਜੀ, ਜਲਦੀ ਬਣਾ ਦੀ, ਮੈਂ ਜਾਣਾ ਵਾ। ਸੋ ਮੰਮੀ ਮੈਂ ਤਾਂ ਜਾਣਾ ਵਾ, ਤੁਹਾਨੂੰ ਪਤਾ ਵਾ 26 ਤਰੀਕ ਤੱਕ ਤੁਸੀਂ ਮੈਨੂੰ ਮਨਾ ਨੀ ਕਰਨਾ, 26 ਤਰੀਕ ਤੋਂ ਬਾਅਦ ਮੇਰਾ ਕ੍ਰਿਕਟ ਬੰਦ ਆ। ਸੋ ਹੁਣ ਮੈਂ ਫਿਲਹਾਲ ਜਾ ਰਿਹਾ, ਮੇਰਾ ਮੈਚ ਹੈ ਕਿਤੇ ਤੇ ਇਹ ਬਾਹਰ ਕੌਣ ਆਇਆ? ਰੋਟੀ ਖਾਣਾ ਤੇ ਉਸ ਤੋਂ ਬਾਅਦ ਮੰਮੀ ਨੇ, ਮੰਮੀ ਫਟਾਫਟ ਤੁਸੀਂ ਰੈਡੀ ਹੋ ਜਾਓ, ਰੈਡੀ ਹੋ ਗਏ ਸਾਰਿਆਂ ਨੂੰ ਮਿਲੋ, ਜਦ ਵੀ ਤੂੰ ਵੀ ਰੈਡੀ ਹੋਣਾ ਜਲਦੀ ਜਲਦੀ ਰੈਡੀ ਹੋ ਜਾਓ, ਫਿਰ ਸਾਰਿਆਂ ਨੂੰ ਮਿਲੋ। ਸੋ ਮੈਂ ਰੋਟੀ ਰੋਟੀ ਖਾਣਾ ਫਿਰ ਤੁਹਾਨੂੰ ਮਿਲਦਾ। ਸੋ ਗਾਇਜ਼ ਰੋਟੀ ਵਗੈਰਾ ਖਾ ਕੇ ਮੈਂ ਹੋ ਗਿਆ ਫ੍ਰੀ ਤੇ ਮੰਮੀ ਹੁਣ ਨਹਾ ਲੱਗੀ ਤੇ ਉਹਨਾਂ ਨੇ ਵੀ ਫਟਾਫਟ ਕੱਪੜੇ ਪਾਉਣੇ ਕਿਉਂਕਿ ਆਪਾਂ ਆਲਰੇਡੀ ਲੇਟ ਆ ਤੇ ਅੰਸ਼ੂ ਨੇ, ਮੰਮੀ ਨੇ ਯਾਦ ਵੀ ਜਾਣਾ ਹਸਪੀਟਲ, ਤੁਹਾਨੂੰ ਪਤਾ ਹੀ ਹੈ। ਸੋ ਮੈਂ ਵੀ ਹੁਣ ਕ੍ਰਿਕਟ ਖੇਡਣ ਨਹੀਂ ਚੱਲਦਾ, ਬਸ ਚਾਹ ਪੀ ਗਈ ਤੇ ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਨਾ ਸੀਗਾ, ਦੈਟ ਥੈਂਕ ਯੂ ਸੋ ਮਚ ਘਰ ਰਾਤੀ ਜਿਹਨਾਂ ਨੇ ਲਾਈਵ ਸਟ੍ਰੀਮ ਜੁਆਇਨ ਕੀਤੀ ਤੇ ਆ ਕੇ ਅੰਸ਼ੂ ਨੂੰ ਪਿਆਰ ਦਿੱਤਾ ਇੰਨਾ, ਤੇ ਰਾਤੀ ਆਪਾਂ ਬਹੁਤ ਇੰਜੋਏ ਕੀਤਾ, ਪਬਜੀ ਵਗੈਰਾ ਖੇਡੀ ਤੇ ਆਪਾਂ 2 ਘੰਟੇ ਲਾਈਵ ਰਹੇ ਨਾ। ਹਾਂਜੀ 2 ਘੰਟੇ ਦੀ ਸਾਡੀ ਲਾਈਵ ਸੀਗੀ। ਸੋ ਅੱਜ ਆਪਾਂ ਫਿਰ 11 ਵਜੇ ਤੁਹਾਡੇ ਸਾਰਿਆਂ ਸਾਹਮਣੇ ਹਾਜ਼ਰ ਹੋਣਾ ਵਾ ਸਵੇਰੇ ਨੀਚੇ ਚੈਨਲ, ਰਾਤੀ 11 ਵਜੇ ਮਿਲਾਂਗੇ ਆਪਾਂ ਫਿਰ ਪਬਜੀ ਖੇਲਣ ਲਈ। ਫਿਲਹਾਲ ਅੱਜ ਵੀ ਆਪਾਂ ਸਾਰਿਆਂ ਦੇ ਕਮੈਂਟ ਰੀਡ ਕਰਨੇ, ਤੁਹਾਨੂੰ ਸਾਰਿਆਂ ਨੂੰ ਰਿਪਲਾਈ ਕਰਨਾ ਵਾ ਤੇ ਹੁਣ ਜਦੋਂ ਮੰਮੀ ਰੈਡੀ ਵਗੈਰਾ ਹੁੰਦੇ ਆ ਸਿੱਧਾ ਤੁਹਾਨੂੰ ਗੱਡੀ ਜਾ ਕੇ ਮਿਲਦੇ ਆ ਅੰਸ਼ੂ ਦੇ ਨਾਲ। ਅਸੀਂ ਚੱਲੇ ਹਾਂ ਆਪਾਂ ਘਰ ਦਾ, ਰੱਖਿਓ ਧਿਆਨ, ਮੈਂ ਮੰਮੀ ਬੂ ਚੱਲੇ ਹਾਂ ਹੋਸਪਿਟਲ ਬੂ ਦਾ ਚੈੱਕਅਪ ਕਰਵਾਉਣ ਤੇ ਮੈਂ ਗੱਡੀ ਖੋਲਾ ਹੁਣ ਤੇ ਗੱਡੀ 'ਚ ਬਹਿ ਕੇ ਫਿਰ ਤੁਹਾਨੂੰ ਮਿਲਦਾ। ਆਜੋ ਆਜੋ ਜੀ, ਆਜੋ ਆਜੋ ਜੀ, ਆਏ ਨੂੰ ਜੀ, ਜੀ ਆਏ ਨੂੰ। ਮੰਮੀ ਤੁਸੀਂ ਕਾਹਤੋਂ ਕਰਦੇ ਪਏ ਯਾਰ ਗਾਇਜ਼? ਮੈਂ ਹੁਣੇ ਭਈਆ ਦਾ ਵਲੋਗ ਬਣਾ ਰਿਹਾ ਤੇ ਇਹ ਮੈਨੂੰ ਕਹਿ ਰਹੇ ਕਿ ਤੂੰ ਭਈਆ ਦਾ ਵਲੋਗ ਕਾਹਤੋਂ ਬਣਾ ਰਿਹਾ, ਭਈਆ ਡੀਸੀ ਲੱਗਾ ਜਿਹੜਾ ਵਲੋਗ ਨਹੀਂ ਬਣਾ ਸਕਦਾ। ਏਦਾਂ ਕਿਹਾ ਮੰਮੀ ਨੇ, ਚੱਲ। ਅੱਛਾ ਚਲੋ 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 ਚਲੋ, ਕਿਉਂਕਿ ਆਪਾਂ ਲੇਟ ਹੋ ਰਹੇ ਹਾਂ ਤੇ ਹੁਣ ਸਿੱਧਾ ਤੁਹਾਨੂੰ ਹੋਸਪਿਟਲ ਜਾ ਕੇ ਮਿਲਦੇ ਹਾਂ। ਮੰਮੀ ਬੰਦ ਕਰੀਓ ਮਾੜਾ ਜਿਹਾ ਯਾਰ, ਮੈਂ ਪੁੱਛਣਾ ਚਾਹੁੰਦਾ ਤੁਸੀਂ ਗਰਮ ਕਾਹਤੋਂ ਹੋ ਰਹੇ ਹੋ ਮੇਰੇ ਨਾਲ ਇੰਨੇ? ਬਿਕੋਜ਼ ਮੈਂ ਦੇਖ ਰਿਹਾ ਕਿ ਮੰਮੀ ਮੇਰੇ ਨਾਲ ਨੋਨ ਸਟੋਪ ਗਰਮ ਹੋ ਰਹੇ ਆ, ਗੱਲ ਗੱਲ ਤੇ ਮੈਨੂੰ ਗਾਲ ਕੱਢ ਰਹੇ ਗੰਦੀ ਗੰਦੀ। ਮੈਂ ਨਹੀਂ ਕੱਢੀ ਤੈਨੂੰ ਗਾਲ, ਤੇਰੀ ਪੁੱਠੀ ਆਈ ਗਾਲ ਵਰਗੀ ਹੈ। ਮੇਰੀ ਪੁੱਠੀ ਤੇ ਕਿਹੜੀ ਗਾਲ ਜੱਚੂਗੀ? ਇਹਨੂੰ ਫੋਨ ਔਨ ਕਰ ਏਸੀ ਨੂੰ। ਓਕੇ ਸੋ ਗਾਇਸ ਕਮੈਂਟ ਕਰਕੇ ਦੱਸੋ ਕਿ ਮੇਰੀ ਮਾਂ ਨਾਲ, ਮੇਰੀ ਮਾਂ ਜਿਹੜੇ ਹਿਸਾਬ ਨਾਲ ਮੇਰੇ ਨਾਲ ਉੱਤਰ ਉੱਚ ਪਰਿਵਾਰ ਨਹੀਂ, ਮਤਲਬ ਜਿੱਦਾਂ ਵੀ ਉਹਨੂੰ ਕਹਿੰਦੇ ਵਿਵਹਾਰ ਵਿਵਹਾਰ ਕਰਦੇ ਪਏ ਆ, ਉਹ ਮੇਰੇ ਨਾਲ ਸਹੀ ਹੈ। ਬਿਕੋਜ਼ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਕਰੋਧ ਚ ਆ ਕੇ ਸਭ ਸਰਵਨਾਸ਼ ਕਰਦਾ। ਕਿੱਦਾਂ ਮੰਮੀ, ਇੱਕ ਤਾਂ ਤੁਹਾਨੂੰ ਆਪਾਂ ਆਪਣੇ ਵਲੋਗ ਚ ਲੈ ਕੇ ਆਉਂਦੇ, ਉਹ ਤੁਹਾਡਾ ਹੀ ਆਕੜ ਕਰਦੇ ਹੋ ਤੁਸੀਂ। ਨਹੀਂ ਯਾਰ, ਤੁਹਾਡੇ ਵਲੋਗ ਦੀ ਆਣ ਮਾਨ ਸ਼ਾਨ ਹੈ ਅਰਮਾਨ ਠਾਕੁਰ ਤੇ ਸੋਰੀ ਮੰਮਾ ਸੋਰੀ। ਸੋ ਹੁਣ ਆਪਾਂ ਜਾਂਦੇ ਪਏ ਹੋਸਪਿਟਲ, ਤੁਹਾਨੂੰ ਪੱਕਾ ਤੁਹਾਨੂੰ ਹੋਸਪਿਟਲ ਜਾ ਕੇ ਮਿਲਦੇ ਆ। ਸੋ ਗਾਇਸ ਸਲਾਹ ਮਸ਼ਵਰਾ ਪਤਾ ਕੀ ਚੱਲ ਰਿਹਾ? ਮੰਮੀ ਤੁਸੀਂ ਮੈਨੂੰ ਕੁਛ ਕਹਿ ਰਹੇ ਸੀ। ਮੈਂ ਕੁਛ ਨਹੀਂ ਕਿਹਾ। ਮੰਮੀ ਦਾ ਤੇ ਹੁਣ ਮੇਰਾ ਪਲਾਨ ਬਣ ਰਿਹਾ ਸੀ ਕਿ ਜਿਹੜਾ ਸਾਡਾ ਬੇਬੀ ਬੋਏ ਆ ਬੇਬੀ ਗਰਲ ਕੋਈ ਵੀ ਆਊਗੀ, ਮੰਮੀ ਕਹਿ ਰਹੀ ਹੈ ਕਿ ਮੈਂ ਉਹਨਾਂ ਨੂੰ ਉਹਨੂੰ PS5 ਗਿਫਟ ਕਰਨਾ ਚਾਹੁੰਦੀ ਹਾਂ। ਮੈਂ ਕੁਝ ਨਹੀਂ ਕਿਹਾ, ਰੱਬ ਦੀ ਸੋ ਮੈਂ ਕੁਝ ਨਹੀਂ ਆਖਿਆ। ਉਲਟਾ ਮਤਲਬ ਕਹਿੰਦਾ ਮੈਂ, ਮਤਲਬ ਮੇਰੀ ਇਹ ਸੋਚ ਹੈ ਕਿ ਮੰਮੀ ਨੂੰ ਗਿਫਟ ਕਰਨੀ ਚਾਹੀਦੀ ਹੈ। ਮੈਂ ਕੁਝ ਨਹੀਂ ਆਖਿਆ। ਓਏ ਵਾਹ, ਮੰਮੀ ਨੇ ਪੁੱਠਾ ਕੈਮਰਾ ਫੜਿਆ ਯਾਰ, ਮੈਨੂੰ ਪਤਾ ਨਹੀਂ ਮੰਮੀ ਦਾ ਫੇਸ ਆ ਰਿਹਾ ਕਿ ਨਹੀਂ ਆ ਰਿਹਾ, ਫੇਸ ਆ ਰਿਹਾ ਮੰਮੀ ਦਾ ਯਾਰ, ਕਿਆ ਡੇ ਆ ਯਾਰ। ਮੈਂ ਕੁਝ ਨਹੀਂ ਕਿਹਾ, ਇਹ ਮੈਨੂੰ ਕਹਿੰਦਾ ਕਿ ਮੈਨੂੰ ਡੇਲੀ ਸੁਪਨਾ ਆਉਂਦਾ, ਮੈਂ ਸੁਪਨੇ ਵਿੱਚ ਨਾ ਬੱਚੇ ਆਉਂਦੇ ਆ ਛੋਟੇ ਛੋਟੇ,
ਕਹਿੰਦੀ ਪਾਪਾ ਮੈਂ, ਇੱਕ ਕਹਿੰਦਾ ਪਾਪਾ ਮੈਂ, ਮਤਲਬ ਕੁੜੀ ਦੇ ਮੁੰਡਾ ਸਪਨੇ ਚ ਆਉਂਦੇ ਪਏ ਆ ਇੱਕ ਇੱਕ ਅਲੱਗ ਅਲੱਗ, ਕਹਿੰਦੇ ਕਹਿੰਦਾ ਦਾਦੀ ਉਹ ਧਿਆਨ ਨਾਲ PS5 ਲੈ ਕੇ, ਦਾਦੀ ਨੇ ਕਿਹਾ PS5 ਲੈ ਕੇ, ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਘਰ ਚ PS5 ਹੋਣੀ ਚਾਹੀਦੀ ਹੈ। ਹੁਣ ਸਾਡਾ ਪਲਾਨ ਇਹ ਬਣ ਰਿਹਾ ਕਿ ਵਿਦ ਇਨ ਥੋੜੇ ਦਿਨਾਂ ਦੇ ਅੰਦਰ ਆਪਾਂ PS5 ਲੈ ਕੇ ਆਈਏ। ਬਕਵਾਸ ਕਰਨ ਦੇ, ਮੈਂ ਕਿ ਰੁਪਈਆ ਨਹੀਂ ਹੈਗਾ ਇਸ ਲਾਂਤੀ ਵਾਸਤੇ। ਮੰਮੀ ਤੁਸੀਂ ਸਭ ਕੁਝ ਕਰ ਸਕਦੇ ਹੋ, ਮੇਰੇ ਤੁਸੀਂ ਮੇਰਾ ਰੱਬ ਤੇ ਤੁਸੀਂ ਮੇਰਾ ਸਭ। ਜੇ ਮੈਂ ਤੁਹਾਨੂੰ ਤੁਹਾਨੂੰ ਮੈਂ ਇੱਜ਼ਤ ਦੇਣਾ ਨਾ, ਇਹਦਾ ਮਤਲਬ ਇਹ ਹੈ ਕਿ ਮੈਨੂੰ ਕੁਝ ਚਾਹੀਦਾ ਹੁੰਦਾ। ਆ ਦੇਖੋ ਇਹ ਮੇਰੇ ਨਿਆਣੇ ਮੇਰੀ ਇੱਜ਼ਤ ਕਰਦੇ ਆ, ਠੀਕ ਆ। ਤੇ ਮੈਨੂੰ ਵਿਦ ਇਨ ਥੋੜੇ ਦਿਨਾਂ ਦੇ ਅੰਦਰ PS5 ਚਾਹੀਦੀ, ਜੇ ਨਹੀਂ ਮਿਲੀ ਨਾ ਫਿਰ ਮੰਮੀ ਸਿੱਧਾ ਸਿੱਧਾ ਕਲੇਸ਼ ਆ ਬਾਅਦ ਚ ਮੈਨੂੰ ਨਾ ਗਈਓ। ਓਕੇ, ਤੂੰ ਕਲੇਸ਼ ਪਾ, ਮੈਂ PS5 ਨਹੀਂ ਦੇ ਸਕਦੀ, ਤੂੰ ਕਲੇਸ਼ ਪਾ। ਇੱਕ ਮਿੰਟ, ਸੱਚ ਕੇਸ ਮੇਰੇ ਨਾਮ ਤੇ ਵੀ ਹੋਈ ਜਾਣਾ ਫਰੈਸ਼ਰ ਦਾ ਕਰਵਾ ਲਾ। ਓ ਵਾਓ, ਚਲੋ ਮੈਨੂੰ ਗੱਡੀ ਇੱਥੇ ਹੀ ਲਾਣੀ ਪੈਣੀ ਆ, ਉਮੀਦ ਹੋਣੀ ਆ ਕਿ ਮੈਂ ਵਾਪਿਸ ਆਵਾਂਗਾ, ਮੈਂ ਵਾਪਿਸ ਨਹੀਂ ਜਾਵਾਂਗਾ। ਮੈਂ ਗੱਡੀ ਇੱਥੇ ਲਾ ਕੇ ਤੇ ਇੱਥੇ ਖੜਾ ਹੁੰਦਾ ਤੇ ਉਹਨਾਂ ਦਾ ਵੇਟ ਕਰਦਾ। ਸੋ ਅਗਰ ਤੁਹਾਨੂੰ ਵਲੋਗ ਦੇਖਣ ਜਮਾ ਜਾਓ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਿਓ, ਚੈਨਲ ਸਬਸਕ੍ਰਾਈਬ ਕਰ ਲਿਓ, ਸਬਸਕ੍ਰਾਈਬ ਕਰ ਲਿਓ, ਆਈ ਲਵ ਯੂ। ਸੋ ਗਾਇਸ ਘਰ ਦੇ ਗਏ ਆ ਅੰਦਰ ਹੋਸਪਿਟਲ ਚੈੱਕਅਪ ਕਰਵਾਉਣ, ਤੇ ਮੈਂ ਬਾਹਰ ਵਿਹਲਾ ਬਹਿ ਕੇ ਕੀ ਕਰਦਾ, ਮੈਂ ਸੋਚਿਆ ਟੰਮੀ ਨੂੰ ਥੋੜ੍ਹੀ ਰਾਹਤ ਦੇ ਦਈਏ, ਸ਼ਕਰਕੰਦੀ ਖਾ ਲਈਏ। ਅਤੇ ਸ਼ਕਰਕੰਦੀ ਮੋਸਟਲੀ ਮੈਨੂੰ ਇੰਨੀ ਪਸੰਦ ਨਹੀਂ ਹੈ, ਪਰ ਫਿਰ ਵੀ ਲਾਈਕ ਜੀਵ ਨੂੰ ਕੁਛ ਨਾ ਕੁਛ ਤਾਂ ਦੇਣਾ ਚਾਹੀਦਾ ਨਾ, ਮਤਲਬ ਹਰ ਹਮੇਸ਼ਾ ਨਵੀਂ ਚੀਜ਼ ਟਰਾਈ ਕਰਾਉਣੀ ਚਾਹੀਦੀ ਹੈ। ਅਤੇ ਬਾਕੀ ਅਗਰ ਤੁਹਾਨੂੰ ਇਹ ਵਲੋਗ, ਮਤਲਬ ਸਾਡੇ ਸਾਰੇ ਵਲੋਗ ਦੇਖਣ 'ਚ ਤੁਹਾਨੂੰ ਮਜ਼ਾ ਆਉਂਦਾ, ਅਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ, ਅਤੇ ਸਬਸਕ੍ਰਾਈਬ ਜੋ ਕਰਿਓ ਤੁਹਾਡੇ ਚੈਨਲ ਨੂੰ, ਅਤੇ ਆਪਣੇ ਪਰਿਵਾਰ ਦੇ ਨਾਲ ਹਰ ਇੱਕ ਮੈਂਬਰ ਦਾ, ਚਾਚੀ, ਮਾਮਾ, ਤਾਇਆ, ਫੁੱਪਾ, ਦਾਦੀ, ਨਾਨੀ, ਜਿੰਨੇ ਵੀ ਪਰਿਵਾਰ ਮੈਂਬਰ ਹੈਗੇ ਸਾਰਿਆਂ ਨਾਲ ਕਰ ਦਿਓ ਸ਼ੇਅਰ ਸਾਡੇ ਵਲੋਗ, ਬਿਕੋਜ਼ ਸਾਡੇ ਵਲੋਗਸ ਹੁੰਦੇ ਆ ਪਰਿਵਾਰਿਕ। ਸੋ ਹੁਣ ਜਦੋਂ ਸ਼ਕਰਕੰਦੀ ਆਉਂਦੀ ਹੈ ਫਿਰ ਮੈਂ ਖਾ ਕੇ ਤੁਹਾਨੂੰ ਟਾਈਮ ਲੈ ਕੇ ਖਾਣਾ, ਠੀਕ ਹੈ। ਸੋ ਗਾਇਸ ਮੰਮੀ ਤੇ ਬੱਬੂ ਆ ਚੁੱਕੇ ਆ, ਤੇ ਬਾਹਰ ਆਉਂਦੇ ਮੈਂ ਦੇਖਿਆ ਦੋਨੋਂ ਜੂਸ ਪੀ ਲੱਗਿਆ, ਮੈਂ ਵਿਚਾਰਾ ਸ਼ਕਰਦੀਆ ਖਾਣ ਡਿਆ ਤੇ ਇਹ ਜੂਸ ਪੀ ਰਹੇ ਆ। ਚਲੋ ਪੀਓ ਪੀਓ, ਕੋਈ ਚੱਕਰ ਨੀ ਮੰਮਾ, 20 ਰੁਪਏ 20 ਰੁਪਏ ਦੀ ਮੈਂ ਸ਼ਕਰਕੰਦੀ ਖਾਧੀ। ਸੋ ਹੁਣ ਗੱਡੀ ਜਾ ਜਾਓ ਤੇ ਫਿਰ ਤੁਹਾਨੂੰ ਮਿਲਦੇ ਆ। ਗਾਇਸ ਫਾਈਨਲੀ ਮੈਂ ਆ ਗਿਆ ਵਾ ਖੇਲ ਕੇ ਕਾਰ, ਤੇ ਹੁਣ ਮੈਂ ਘਰ ਆ ਕੇ ਦੇਖ ਰਿਹਾ ਕਿ ਇੱਥੇ ਮੇਰਾ ਡੱਬਰ ਆ ਚੁੱਕਾ ਵਾ, ਤੇ ਰਿਮੋਟ ਕਿੱਥੇ ਟੀਵੀ ਦਾ ਯਾਰ? ਮੰਮੜੀ ਮੰਮੜੀ ਮੰਮੜੀ, ਚੱਪਲ ਕਾ ਚੰਬੜੀ, ਟਾਂਗੋ ਕੋ ਤੋੜੂਗਾ, ਕਰੇਗਾ ਤੂੰ ਭੰਗੜੀ ਮੰਮਾ। ਮੰਮੀ ਮੈਂ ਹੁਣ ਦੇਖ ਰਿਹਾ ਸੀਗਾ ਤੁਸੀਂ ਮਤਲਬ ਕਾਫੀ ਦੇਰ ਦੇ ਢਿੱਡੋ ਹੋਏ ਪਏ, ਅੰਸ਼ੂ ਨਾ ਕੀ ਚੱਕਰ ਕੀ ਹੈ? ਬਕਵਾਸ ਕਰਦਾ ਨਾ ਕੋਈ, ਬੈਠੇ ਕੀ ਮਾਰਿਆ ਨੇ? ਥੱਪੜ ਮਾਰਿਆ ਤੇਰੇ? ਇੱਕ ਉਹਨੂੰ ਥੱਪੜ ਮਾਰਿਆ ਕੁੜੀ ਦੇ, ਭਾਜੀ ਇੱਕ ਵਾਰ ਜੀ ਥੱਪੜ ਤੇ ਚੱਲ ਬਸ ਬਹੁਤ ਚੱਲ, ਕੁੜੀ ਦਾ ਚੱਕੇਗਾ ਹੁਣ ਹੈ ਹੱਥ ਕੰਟਰੋਲ ਚ ਕਰ ਯਾਰ, ਟੀਵੀ ਔਨ, ਕਮੈਂਟ ਬੜੀਏ ਫਟਾਫਟ ਸਭ ਦੇ, ਮੇਰੇ ਹੱਥ ਕੰਟਰੋਲ ਚ ਆਪੇ ਕਰ ਲੋ। ਇੱਕ ਵਾਰ ਇੱਕ ਪੜੇਗੀ ਭਈਆ ਸੇ, ਮੈਂ ਉਹ ਨਹੀਂ ਹੀਟਰ ਮਾਰਨਾ ਤੇਰੇ ਚੱਕ ਕੇ, ਜਿਹੜਾ ਇਹ ਸਵਿੱਚ ਵੱਜਣਾ ਮਾਰ ਮਾਰ ਯਾਰ, ਟੀਵੀ ਔਨ ਕਰੋ ਛੇਤੀ। ਹਾਂਜੀ ਮੇਰੇ ਸੱਜਣ ਪਿਆਰੋ, ਚਲੋ ਫਿਰ ਅੱਜ ਕਮੈਂਟ ਪੜ੍ਹਦੇ ਆ। ਸਭ ਤੋਂ ਪਹਿਲਾ ਕਮੈਂਟ ਹੈਗਾ ਵਾ ਕੱਲ ਦੀ ਵੀਡੀਓ ਦੇ ਉੱਤੇ, ਵੰਸ਼ਿਕਾ ਕਪੂਰ, ਦਿਸ ਇਜ਼ ਮਾਈ ਬਰਥਡੇ, ਹੈਪੀ ਬਰਥਡੇ ਵੰਸ਼ਿਕਾ, ਤੇ ਮੇ ਗੋਡ ਬਲੈਸ ਯੂ, ਆ ਤੁਹਾਡਾ ਬਰਥਡੇ ਆ, ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਹਮੇਸ਼ਾ, ਤੇ ਮੰਮੀ ਬਰਥਡੇ ਵਿਸ਼ ਕਰ ਦਿਓ ਕੁੜੀ ਨੂੰ, ਹੈਪੀ ਬਰਥਡੇ ਬੇਟਾ ਜੀ, ਗੋਡ ਬਲੈਸ ਯੂ। ਮੰਮੀ ਇਹ ਦੇਖੋ ਅਸਲੀ ਸ਼ਕਲ ਨਾ ਤੁਹਾਡੀ ਉਹ ਹੈ ਜਿਹੜੀ ਵੀਡੀਓ ਦੇ ਵਿੱਚ ਹੈ, ਇਹ ਨਕਲੀ ਹੈ, ਮਤਲਬ ਵੀਡੀਓ ਦੇ ਵਿੱਚ ਨਾ ਤੁਸੀਂ ਮੇਕਅਪ ਮਤਲਬ ਉਹ 'ਚ ਜ਼ਿਆਦਾ ਸੋਹਣੇ ਲੱਗ ਰਹੇ ਹੋ।
ਨਿਤਾਂਸ਼ ਦਾ ਕਮੈਂਟ ਆਇਆ ਵਾ ਹਾ ਹਾ ਵਲੌਗ ਬਹੁਤ ਸੋਹਣਾ ਸੀ ਅੰਸ਼ੂ ਆਲਵੇਜ਼ ਰੋਕ ਆਇਰਨ ਮੈਨ ਮਾਤਾ ਚਿੰਤਪੁਰਨੀ ਜੀ ਤੁਹਾਡੀ ਸਾਰੀ ਫੈਮਿਲੀ ਦੇ ਮੈਂਬਰ ਨੂੰ ਬਹੁਤ ਖੁਸ਼ ਰੱਖਣਾ ਦਾ ਲੋਰਡ ਅੰਸ਼ੂ ਹੈ ਯਾਰ ਅੰਸ਼ੂ ਦਾ ਰੱਬ ਹੈ ਯਾਰ ਓਕੇ ਅੰਚਲ ਰਾਜਪੂਤ 06 ਦੁਨੀਆ ਮਾ ਦੇ ਰਿਐਕਸ਼ਨ ਆਇਆ ਸੀਰੀਅਸਲੀ ਓਬਸੈਸਡ ਵਿਦ ਹਰ ਵੀਰੇ ਸੀਰੀਅਸਲੀ ਵਲੌਗ ਬਹੁਤ ਜ਼ਿਆਦਾ ਵਧੀਆ ਸੀ ਬ੍ਰੋ ਇੱਕੋ ਇੱਕ ਤੋਂ ਇੱਕ ਵਲੌਗ ਆ ਰਹੇ ਆ ਰੀਲੀ ਲਾਈਕ ਇਟ ਥੈਂਕ ਯੂ ਸੋ ਮਚ ਤੇ ਹੁਣ ਅੱਗੇ ਕਮੈਂਟ ਹੈਗਾ ਵਾ ਭਈਆ ਇਹ ਪੜੋ ਨਾ ਇਹ ਵੜਾ ਹਾਂ ਇਹ ਵਾਲਾ ਪੜੋ ਨੀਚੇ ਵਾਲਾ ਨੀਚੇ ਵਾਲਾ ਹਾਂ ਰਾਧਿਕਾ ਅਹੂਜਾ ਅੰਸ਼ੂ ਭਈਆ ਐਕਟਿੰਗ ਵੈਰੀ ਫਨੀ ਫਨ ਵੈਰੀ ਫਨੀ ਵਲੌਗ ਗੋਡ ਬਲੈਸ ਯੂ ਆਲ ਫੈਮਿਲੀ ਅੰਸ਼ੂ ਭਈਆ ਦੀ ਐਕਟਿੰਗ ਕਿੰਨੀ ਲਾਜਵਾਬ ਹੈ ਯਾਰ ਥੈਂਕ ਯੂ ਸੋ ਮਚ ਮਾਹੀ ਮਾਹੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੀ ਫੈਮਿਲੀ ਨੂੰ ਖੁਸ਼ ਰੱਖਣ ਥੈਂਕ ਯੂ ਸੋ ਮਚ ਮਾਹੀ ਮੇਰੀ ਮਾਂ ਚਿੰਤਪੁਰਨੀ ਇਹਨਾਂ ਨੇ ਕਮੈਂਟ ਕੀਤਾ ਵਾ ਓਐਮਜੀ ਟੁਡੇਜ਼ ਵਲੌਗ ਮਾਂ ਚਿੰਤਪੁਰਨੀ ਆਲਵੇ ਯੂ ਆਲ ਠੰਡ ਬਹੁਤ ਹੈ ਯਾਦੀ ਪਲੀਜ਼ ਆਪਣਾ ਧਿਆਨ ਰੱਖੋ ਸਵੈਟਰ ਸੋਕਸ ਪਾਓ ਤੇ ਮੈਂ ਕਿ ਮੋਟਰ ਬੰਦ ਕਰਕੇ ਆਇਆ ਸੋ ਨੈਕਸਟ ਕਮੈਂਟ ਹੈਗਾ ਵਾ ਕੋਮਲ ਸ਼ਰਮਾ ਸੋ ਫਨੀ ਵਲੌਗ ਭਈਆ ਹੱਸ ਕੇ ਬਹੁਤ ਪੇਟ ਮੇ ਦਰਦ ਹੁਆ ਆਫਿਸ ਮੇ ਮੂਡ ਖਰਾਬ ਥਾ ਪਰ ਆਪਕਾ ਵਲੌਗ ਦੇਖ ਕੇ ਫੇਸ ਪੇ ਸਮਾਈਲ ਆ ਗਈ ਥੈਂਕ ਯੂ ਕੀ ਬਾਤ ਹੈ ਯਾਰ ਕਿ ਅਸੀਂ ਇਸ ਕਾਬਿਲ ਆ ਗਏ ਕਿ ਆਪਾਂ ਸਮਾਈਲ ਲੈ ਕੇ ਆਈਏ ਫੇਸ ਤੇ ਬਸ ਆਪਾਂ ਬਸ ਇਹੀ ਚਾਹੀਦਾ ਤੁਹਾਡੇ ਫੇਸ ਤੇ ਸਮਾਈਲ ਚਾਹੀਦੀ ਹੈ ਤੇ ਬਸ ਤੁਹਾਡਾ ਪਿਆਰ ਚਾਹੀਦਾ ਸਾਨੂੰ ਹੋਰ ਸ਼ਿਵਾਨੀ ਠਾਕੁਰ 84 ਬਹੁਤ ਸੋਹਣੇ ਵਲੌਗ ਸੀ ਵੀਰੇ ਐਂਡ ਮੰਮੀ ਪਰ ਤੁਸੀਂ ਬਹੁਤ ਕਿਊਟ ਲੱਗ ਰਹੇ ਸੀ ਮਹਾਦੇਵ ਜੀ ਤੁਹਾਨੂੰ ਹਮੇਸ਼ਾ ਐਦਾਂ ਹੀ ਖੁਸ਼ ਰੱਖਣ ਥੈਂਕ ਯੂ ਸੋ ਮਚ ਸ਼ਿਵਾਨੀ ਠਾਕੁਰ ਸਾਹਿਬ ਥੈਂਕ ਯੂ ਅਰਜਿੰਦਰ ਕੌਰ ਬ੍ਰਿਲੀਅੰਟ ਬ੍ਰਿਲੀਅੰਟ ਵਲੌਗ ਸਟੇ ਬਲੈਸ ਆਲਵੇਜ਼ ਵਾਹਿਗੁਰੂ ਜੀ ਬਲੈਸ ਯੂ ਆਲ ਲਵ ਫਰੋਮ ਇੰਗਲੈਂਡ ਲਵ ਫਰੋਮ ਹਰਕੌਰ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਤੁਸੀਂ ਸਾਨੂੰ ਬਲੈਸਿੰਗਸ ਦੇ ਰਹੇ ਹੋ ਇਹ ਸਭ ਤੋਂ ਜ਼ਿਆਦਾ ਅੱਛਾ ਲੱਗਦਾ ਸਾਨੂੰ ਓਕੇ ਅਦਿੱਤਿਆ ਦਾ ਕਮੈਂਟ ਆਇਆ ਅੰਕੂ ਫੈਬਲਸ ਰਿਵੈਂਜ ਲਿੱਤਾ ਮੰਮਾ ਨਾਲ ਤੁਸੀਂ ਬਟ ਮੰਮਾ ਕਿਊਟ ਲੱਗ ਰਹੇ ਸੀਗੇ ਮਹੀ ਮਾ ਆਹ ਮੈਂ ਸਭ ਨੂੰ ਖੁਸ਼ ਰੱਖਣ ਥੈਂਕ ਯੂ ਸੋ ਮਚ ਸੋ ਇਹ ਹੈਗਾ ਵਾ ਯੂਜ਼ਰ ਦਾ ਹਮੇਸ਼ਾ ਐਦਾਂ ਹੀ ਖੁਸ਼ ਰਹੋ ਸੱਚੀ ਤੁਹਾਡੇ ਵਲੌਗ ਬਹੁਤ ਹੀ ਫਨੀ ਤੇ ਘੈਂਟ ਹੁੰਦੇ ਆ ਅੰਸ਼ੂ ਬ੍ਰੋ ਇੰਨੀ ਮਾਰ ਖਾਂਦੇ ਆ ਬਾਕੀ ਤੁਹਾਡੀ ਫੈਮਿਲੀ ਬਹੁਤ ਹੀ ਕਿਊਟ ਆ ਥੈਂਕ ਯੂ ਸੋ ਮਚ ਅੱਜ ਦੀ ਬੈਸ 8703 ਸੋ ਕਿਊਟ ਫੈਮਿਲੀ ਥੈਂਕ ਯੂ ਸੋ ਮਚ ਰਾਜਵਿੰਦਰ ਸਿੰਘ ਨੈਕਸਟ ਲੈਵਲ ਫਨੀ ਬ੍ਰੋ ਲਵ ਯੂ ਗੋਡ ਬਲੈਸ ਯੂ ਥੈਂਕ ਯੂ ਜੀ ਹੁਣ ਹੈਗਾ ਵਾ ਸ਼੍ਰੇਆ ਠਾਕੁਰ ਆਈ ਐਮ ਵਾਚਿੰਗ ਯੋਰ ਵਲੌਗ ਫਰੋਮ ਡੇ 1 ਮੈਂ ਪਹਿਲਾਂ ਹੀ ਇੰਸਟਾ ਤੇ ਅੰਕੂ ਨੂੰ ਫੋਲੋ ਕਰਤੀ ਥੀ ਆਈ ਹੈਡ ਕ੍ਰਸ਼ ਔਨ ਹਿਮ ਆਈ ਲਵ ਯੂ ਗਾਇਸ ਆਪ ਲੋਕ ਬਹੁਤ ਮਿਹਨਤ ਕਰਤੇ ਹੋ ਥੈਂਕ ਯੂ ਸੋ ਮਚ ਕਿਸੇ ਨੂੰ ਸਾਡੀ ਮਤਲਬ ਸਾਡੀ ਮਿਹਨਤ ਸ਼ਲਵਦੀ ਪਈ ਹੈ ਨਾ ਦਿਨ ਦੇ ਦੋ ਵਲੌਗਸ ਪੋਸਟ ਹੁੰਦੇ ਪਏ ਗਾਇਸ ਦੋ ਵਲੌਗਸ ਔਰ ਦੋਨੋਂ ਵਲੌਗਸ ਨਾ 20 ਮਿੰਟਸ ਅਪ ਹੁੰਦੇ ਆ 20 ਮਿੰਟਸ ਤੱਕ ਹੁੰਦੇ ਆ ਸੋ ਬਹੁਤ ਮਿਹਨਤ ਕਰਦਾ ਮੇਰਾ ਪੁੱਤਰ ਸੋ ਉਹਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਦਵਾਂ ਸੋ ਆਪਾਂ ਕੋਸ਼ਿਸ਼ ਕਰੀਏ 3 ਵਲੌਗ ਪਾਉਣ ਦੀ ਮਾਜੋ 3 ਵਲੌਗ ਸੋ ਗਾਇਸ ਰਮਨਦੀਪ ਦਾ ਕਮੈਂਟ ਆਇਆ ਵਾ ਥੈਂਕ ਯੂ ਸਾਨੂੰ ਹਸਾਉਣ ਲਈ ਤੁਹਾਡੇ ਵਲੌਗ ਦੇਖ ਕੇ ਮੈਨੂੰ ਬਹੁਤ ਬਹੁਤ ਖੁਸ਼ੀ ਮਿਲਦੀ ਹੈ ਗੋਡ ਬਲੈਸ ਯੂ ਆਲ ਫੈਮਿਲੀ ਮੈਂਬਰਸ ਲਵ ਫਰੋਮ ਸੰਗਰੂਰ ਥੈਂਕ ਯੂ ਸੋ ਮਚ ਅੰਕੁਰਾ ਰਾਜਪੂਤ ਆਓ ਇਹ ਮੇਰੇ ਵਰਗਾ ਨਾਮ ਮਾਂ ਬਹੁਤ ਕਿਊਟ ਹੋ ਆਪ ਅੰਕੁਰਾ ਰਾਜਪੂਤ ਅੰਕੂ ਥੈਂਕ ਯੂ ਸੋ ਮਚ ਅੰਕੂ ਰੋਹਿਤ ਥਾਪਾ 7855 ਤੁਸੀਂ ਬਹੁਤ ਵਧੀਆ ਵਲੌਗ ਬਣਾਉਂਦੇ ਹੋ ਬਹੁਤ ਮਜ਼ਾ ਆਉਂਦਾ ਵਾ ਹੁਣ ਅਸੀਂ ਰੋਜ਼ ਰੋਜ਼ ਤੁਹਾਡੇ ਵਲੌਗ ਵਿੱਚ ਦੇਖਦੇ ਆ ਇਦਾਂ ਹੀ ਲੱਗਦਾ ਜਿਵੇਂ ਸਾਰੇ ਸਾਡੀ ਫੈਮਿਲੀ ਮੈਂਬਰਸ ਹੋ ਗੋਡ ਬਲੈਸ ਯੂ ਥੈਂਕ ਯੂ ਸੋ ਮਚ ਤੁਸੀਂ ਸਾਰੇ ਯਾਰ ਸੱਚੀ ਸਾਡੀ ਫੈਮਿਲੀ ਹੋ ਤਾਂ ਹੀ ਆਪਾਂ ਤੁਹਾਨੂੰ ਹਸਾਨ ਦੀ ਪ੍ਰੋਪਰ ਖੁਸ਼ੀ ਰੱਖਦੇ ਆ ਤੁਸੀਂ ਵੀ ਸਾਨੂੰ ਸਾਰੇ ਆਪਣੀ ਫੈਮਿਲੀ ਮੰਨ ਕੇ ਚਲੋ ਕਿ ਤੁਸੀਂ ਮਤਲਬ ਇੱਕ ਦਿਨ ਵੀ ਤੁਸੀਂ ਸਾਨੂੰ ਦੇਖੇ ਬਿਨਾ ਨਾ ਰਹੋ ਸਾਨੂੰ ਆਪਣਾ ਪਿਆਰ ਰੋਜ਼ ਦਵੋ ਸੋ ਹੁਣ 2 ਦਿਨ ਕਮੈਂਟ ਲੋਡ ਅੰਸ਼ੂ ਵੰਡ ਲੜ ਇਸ਼ੂ ਮੂਡ ਇਸ਼ੂ ਦਾ ਕਮੈਂਟ ਆਇਆ ਵਾ ਮੂਡ ਖਰਾਬ ਸੀ ਦੇਖ ਕੇ ਮੂਡ ਵਧੀਆ ਹੋ ਗਿਆ ਆਹਾਂ ਹਾਂ ਕੀ ਬਾਤ ਹੈ ਅੰਸ਼ੂ ਨੂੰ ਦੇਖ ਕੇ ਨਾ ਹਰ ਇੱਕ ਦਾ ਮੂਡ ਖੁਸ਼ ਹੋ ਜਾਂਦਾ ਬਿਕੋਜ਼ ਅੰਸ਼ੂ ਇੱਕ ਦਾ ਕਿਊਟ ਬਹੁਤ ਹੈ
ਇੱਥੇ ਕਮੈਂਟ ਹੋ ਰਿਹਾ ਕੋਈ ਨਾ ਕੋਈ ਕਿਊਟ ਦਾ, ਕੋਈ ਨਾ ਕੋਈ ਕੋਈ ਨਾ ਕੋਈ ਜਿਹੜਾ ਜਿਹੜਾ ਕਮੈਂਟ ਤੈਨੂੰ ਕਿਊਟ ਲੱਗੇਗਾ ਉਹ ਫਿਰ ਤੇਰੇ ਵਾਂਗੂ ਕਿਊਟ ਹੋਏਗਾ ਫਿਰ। ਓਕੇ, ਕ੍ਰਿਤਿਕਾ ਸੂਰੀ, ਮਾਂ ਸੱਚੀ ਬਹੁਤ ਪਿਆਰ ਕਰਦੇ ਆ ਦੋਨਾਂ ਨੂੰ ਤੇ ਤਭੀ ਆਪਕੇ ਵਲੋਗ ਕੇ ਲਈ ਸਭ ਕਰਤੇ ਹੈ। ਲਵ ਯੂ ਸੋ ਮਚ ਸੋਨੀਆ ਮਾਂ। ਮਮਾ ਕੀ ਹਾਰਟ ਬੀਟ 125 127 ਯਾਰ ਮਮਾ ਬੈਠ ਜਾਓ ਯਾਰ ਫਿਰ ਬੈਠੋ ਤੁਸੀਂ। ਇਹ ਤੁਹਾਡਾ ਪਿਆਰ ਹੈ ਜੋ ਤੁਹਾਡਾ ਪਿਆਰ ਦੇ ਕੇ ਨਾ ਧੜਕਣ ਉੱਤੇ ਥੱਲੇ ਹੋ ਰਹੀ ਹੈ। 140 ਦੇ ਜਾਂਦੀ ਪਈ ਹੈ ਮੇਰੇ, ਬੜ ਜਾਏਗੀ ਉਹ ਭਈਆ ਯਾ ਪੇ ਬੈਠਨੇ ਤੋਂ। ਮਮਾ ਕਾ ਬੈਠ ਕੇ ਬੈਠੋ ਯਾਰ ਤੁਸੀਂ ਆਰਾਮ ਨਾਲ। 140 ਅਪ ਚਲੀ ਗਈ ਹੈ ਹਾਰਟ ਬੀਟ, ਤੁਸੀਂ ਬਹਿ ਜਾਓ ਇੱਥੇ ਆਰਾਮ। ਯਾਰ ਇੱਕ ਮਿੰਟ ਬੜੀਓ ਜੀ, ਲੱਭਦਾ ਵੇ ਕੁਛ। ਅੰਸ਼ੂ ਇਜ਼ ਦੀ ਬੈਸਟ ਬੈਸਟ ਕੀ ਬੈਸਟ। ਥੈਂਕ ਯੂ। ਜੇ ਕਹਿੰਦੇ ਨਾ ਸੋਨੀਆ, ਸੋਨੀਆ ਦੇ ਬਿਨਾਂ ਵਲੋਗ ਨਹੀਂ ਚੱਲਦੇ, ਸੋਨੀਆ ਮਾਂ ਦੇ ਬਿਨਾਂ ਵਲੋਗ ਨਹੀਂ ਚੱਲਦੇ, ਅੰਸ਼ੂ ਇਜ਼ ਦੀ ਬੈਸਟ। ਕੋਮਲ ਕਸ਼ਯਪ, ਤੁਸੀਂ ਬਹੁਤ ਕਿਊਟ ਹੋ ਆਂਟੀ ਜੀ, ਸੀਰੀਅਸਲੀ ਤੁਹਾਡੇ ਵਲੋਗ ਦੇਖ ਕੇ ਮੇਰਾ ਮੂਡ ਬਿਲਕੁਲ ਹੀ ਠੀਕ ਹੋ ਜਾਂਦਾ, ਮੈਂ ਸਿਰਫ ਤੁਹਾਡੇ ਕਰਕੇ ਵਲੋਗ ਦੇ ਰਹੀ ਹਾਂ। ਗੋਡ ਬਲੈਸ ਯੂ, ਔਰ ਬਬੀ ਉਹ ਤਈਏ ਨੂੰ ਬੋਲੋ। ਥੈਂਕ ਯੂ ਕੋਮਲ ਬੇਟਾ, ਗੋਡ ਬਲੈਸ ਯੂ, ਤੁਸੀਂ ਹਮੇਸ਼ਾ ਹੱਸਦੇ ਵਸਦੇ ਰਹੋ। ਮੈਨੂੰ ਇਹ ਹੀ ਬਹੁਤ ਖੁਸ਼ੀ ਹੈ ਕਿ ਅਗਰ ਤੁਸੀਂ ਸੈਡ ਹੋ ਜਾਂ ਤੁਸੀਂ ਪਰੇਸ਼ਾਨ ਹੋ, ਤੁਸੀਂ ਵਲੋਗ ਦੇਖ ਕੇ ਤੁਹਾਡੇ ਫੇਸ 'ਤੇ ਸਮਾਈਲ ਆਉਂਦੀ ਪਈ ਨਾ ਛੋਟੀ ਜੀ ਵੀ, ਬਸ ਮੇਰਾ ਮੋਟਿਵ ਇਹੀ ਹੈ। ਸੋ ਨਹੀਂ, ਅੰਸ਼ੂ ਨੂੰ ਬੋਲੋ ਨਾ ਆਇਆ ਨਾ ਮੇਰਾ ਵੀ ਕਮੈਂਟ। ਅੰਸ਼ੂ ਨੂੰ ਕਹਿਣ ਦਾ ਫਾਇਦਾ ਹੀ ਨਹੀਂ, ਇਹਨੇ ਮੰਨਣਾ ਹੀ ਨਹੀਂ, ਬੇਸ਼ਰਮ ਇਨਸਾਨ ਹੈ। ₹50 ਕੱਟ ਹੋ ਗਏ। ਪੀਲੇ ਰੰਗ ਦਾ ਬੋਤਲ ਵੀ ਭਰਿਆ ਪਿਆ ਯਾਰ, ਅੱਜ ਤੋਂ ਇਹਦਾ ਗਲਤ ਨਾ ਇਹਨਾਂ ਗੱਲਾਂ ਮਾਰਨ ਲੱਗੇ ਦੇ। ਓਕੇ ਯਾਰ, ਨੈਕਸਟ ਕਮੈਂਟ ਅੱਗੇ ਜਾਂਦੇ ਆ, ਅੱਗੇ ਜਾਂਦੇ ਆ ਜੀ ਯਾਰ, ਕਿਉਂਕਿ ਮਾਂ ਹੈ ਮਾਂ ਤੇ ਰੱਬ ਹੈ ਦਾ ਬੈਸਟ ਡਾਇਲੌਗ ਅੰਸ਼ੂ ਯਾਰ। ਮਾਂ ਤੀ ਪਤਾ ਕੌਣ ਹੋਤੀ, ਮਾਂ ਹੋ, ਮਾਂ ਤੇ ਰੱਬ ਹੈ ਲੱਗੇ ਮੇਰੇ ਨਾਲ ਗੱਲਾਂ ਮਾਰਨ। ਟਾਕੋ 38 ਮੇਰਾ ਜਦੋਂ ਮੂਡ ਆਫ ਹੁੰਦਾ ਤਾਂ ਮੈਂ ਤੁਹਾਡੇ ਵਲੌਗ ਦੇਖ ਲੈਂਦੀ ਆ, ਦਿਲ ਖੁਸ਼ ਹੋ ਜਾਂਦਾ, ਰੋਂਦਾ ਰੋਂਦਾ ਬੰਦਾ ਵੀ ਹੱਸ ਪੈਂਦਾ। ਇਹ ਤਲਿਆ ਵੀ ਲਿਖਿਆ ਗਿਆ, ਰੋਂਦਾ ਰੋਂਦਾ ਬੰਦਾ ਅੰਸ਼ੂ ਕਰਕੇ ਹੱਸ ਪੈਂਦਾ, ਅੰਸ਼ੂ ਕਰਕੇ ਹੱਸ ਪੈਂਦਾ। ਸੋ ਬੇਟਾ ਹੁਣ ਜਦੋਂ ਵੀ ਕਮੈਂਟ ਕਰੇਗੀ ਨਾ ਲਿਖਦੀ ਅੰਸ਼ੂ ਭਈਆ ਕਰਕੇ ਹੀ ਬਹਿਸਦੀ। ਸੋ ਹੁਣ ਪਛੜੀਆ ਅੱਗੇ ਕੀ ਬਾਤ ਹੈ, ਮੋਮ ਕਿਊਟ ਲੱਗਦੇ, ਮੰਮੀ ਬਾਰੇ ਨਹੀਂ ਕਮੈਂਟ ਪੜਨਾ, ਅੰਸ਼ੂ ਕਿੱਥੇ ਹੈ ਅੱਜ? ਸੱਚੀ ਇੰਨਾ ਮਜ਼ਾ ਆਇਆ ਵਲੌਗ ਦੇਖਣ ਦੇ ਵਿੱਚ, ਇਹਨਾਂ ਦਾ ਕਮੈਂਟ ਹੈਗਾ ਵਾ ਅੱਜ ਸੱਚੀ ਮਜ਼ਾ ਆਇਆ ਵਲੌਗ ਦੇਖਣ ਦਾ, ਸੋਨੀਆ ਮਾਂ ਤੇ ਸੱਚੀ ਇੰਨੇ ਕਿਊਟ ਲੱਗ ਰਹੇ ਸੀ। ਇੱਕ ਗੱਲ ਪਤਾ ਲੱਗ ਗਈ ਵਲੌਗ 'ਚ ਕਿ ਭਾਬੀ ਜੀ ਸੋਨੀਆ ਮਾਂ ਨੂੰ ਬਹੁਤ ਪਿਆਰ ਕਰਦੇ ਆ, ਵਾਰ ਵਾਰ ਕਿਹਾ ਉਹਨਾਂ ਨੇ। ਮਜ਼ਾਕ ਚੱਕਿਆ
ਜਿਹੜੀ ਕਿਊਟਨੈਸ ਆ ਨਾ ਮੇਰੇ ਅੱਗੇ ਨੀ ਚਲਾਣੀ, ਮੈਂ ਚਲਾਉਂਦੀ ਵੀ ਨੀ ਪਈ, ਚਲਾ ਵੀ ਨੀ ਸਕਦੇ ਬਿਕੋਜ਼ ਤੁਸੀਂ ਕਿਊਟ ਹੀ ਨਹੀਂ ਹੋ, ਮੇਰੀ ਲੋੜ ਹੀ ਨਹੀਂ ਹੈਗੀ, ਆਪਾਂ ਕੁਝ ਬੋਲ ਥੋੜੀ ਸਕਦੇ ਆ। ਮੰਮਾ ਮੈਂ ਲਿਖਾਈ ਨਹੀਂ ਹੈ, ਲਿਖਾ ਹੈ ਬਿਨਾ ਵਲੌਗ ਇਜ਼ ਇਨਕੰਪਲੀਟ ਹੈ, ਕਿਧਰ ਹੈ ਮੰਮਾ? ਫਿਰ ਮੈਂ ਅੱਕੜ ਮਾਰ ਰਿਹਾ ਆਪਣਾ। ਚਲ ਬਾਈ ਲਾਸਟ ਕਮੈਂਟ ਲਾਸਟ, ਅੰਸ਼ੂ ਭਈਆ ਕਿਤਨੇ ਕਿਊਟ ਹੈ, ਉਨਕੋ ਮਤ ਮਾਰਾ ਕਰੋ ਆਂਟੀ ਜੀ, ਆਂਟੀ ਜੀ ਕਿਉਂ ਮਾਰਦੇ ਹੋ ਆਪ ਅੰਸ਼ੂ ਭਈਆ ਕੋ? ਇਸ ਵਾਰ ਤੇ ਇੱਕ ਥੱਪੜ ਸਟਿਲ ਇਹ ਵਲੌਗ ਵੀ ਸਭ ਤੋਂ ਜ਼ਿਆਦਾ ਪਿਆਰਾ ਹੈਗਾ ਅੰਸ਼ੂ ਨੂੰ, ਹਾਰਟ ਬੀਟ 123 ਇਹ ਬੜੀ ਵੀ ਹੈ। ਚਲੋ ਵਲੌਗ ਫਟਾਫਟ ਖਤਮ ਕਰੋ, 126 ਹਾਰਟ ਬੀਟ। ਸੋ ਗਾਈਸ ਆਈ ਹੋਪ ਤਾਂ ਸਾਰਿਆਂ ਨੇ ਵਲੌਗ ਪਸੰਦ ਆਇਆ ਹੈਗਾ, ਹੁਣ ਤੁਸੀਂ ਦੇਖ ਲਿਆ ਮੰਮੀ ਦੀ ਹਾਰਟ ਬੀਟ ਤੇਜ਼ ਹੋ ਗਈ ਹੈ ਤੇ ਹੁਣ ਆਪਾਂ ਆਰਾਮ ਨਾਲ ਵੀਡੀਓ ਨੂੰ ਕਰੀਏ ਬੰਦ। ਮਿਲਦੇ ਤਾਂ ਨੈਕਸਟ ਵਲੌਗ ਦੇ ਵਿੱਚ, ਆਈ ਹੋਪ ਤਾਂ ਸਾਰਿਆਂ ਨੇ ਵਲੌਗ ਪਸੰਦ ਆਇਆ ਹੈਗਾ। ਬਾਕੀ ਬਾਏ ਬਾਏ, ਟੇਕ ਕੇਅਰ, ਲਵ ਯੂ। ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ, ਵੋ ਜੋ ਲਾਲ ਵਾਲਾ ਬਟਨ ਹੈ ਉਸ ਪੇ ਫੂਟ ਫੇਂਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ। ਅਬ ਮੈਂ ਵੀ ਜਾ ਰਹਾ ਹੂੰ, ਮੁਝੇ ਪੈਸੋਂ ਕੇ ਪੀਛੇ ਭਾਗਨਾ ਹੈ। ਬਾਏ।